ਨਿਜ਼ਾਮਦੀਨ ਦੇ ਬੇਟੇ ਜੀ ਮਾਸ਼ਾਅੱਲਾ ਮੁਸਲਿਮ ਸ਼ੇਖ ਜਿਹੜੇ ਸਾਡੇ ਜਾਖੜੇ ਦੇ ਹੈਗੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਬਲਕਿ ਆਸੇ ਪਾਸੇ ਮੇਰਾ ਖਿਆਲ ਕਿ ਕੋਈ ਇੰਨਾ ਨਹੀਂ ਪੜ੍ਹਿਆ ਹੋਣਾ ਜਿੰਨਾ ਇਹਦੇ ਬੱਚਿਆਂ ਨੇ ਤਲੀਮ ਹਾਸਲ ਕੀਤੀ ਆ। ਜਿਹੜਾ ਇਹਦਾ ਹੈਗਾ ਨਾ ਬੇਟਾ, ਉਹਦੀ ਕਿੰਨੀ ਉਮਰ ਹੈ ਜਿਹਨੇ ਕੁਰਾਨ ਪਾਕ ਹਿਫਜ਼ ਕੀਤਾ? ਉਹਦੀ ਉਮਰ ਹੋਣੀ ਆ 16 ਸਾਲ, 16 ਸਾਲ। 12 12 14 ਹੁਣ ਸਾਲ ਕੀ ਕਰਦਾ ਉਹ? ਦਰਜੀਆਂ ਦਾ ਕੰਮ ਨਹੀਂ, ਉਹਦਾ ਬੱਚਿਆਂ ਨੂੰ ਵੀ ਪੜ੍ਹਾਉਂਦਾ ਹੈ? ਬੱਚਿਆਂ ਨੂੰ ਵੀ ਪਿਆ ਕੇ ਪੜ੍ਹਾ ਕੇ ਆਉਂਦਾ ਕੁਰਾਨ ਘਰਾਂ ਦੇ ਵਿੱਚ। ਹੂੰ ਅੱਛਾ। ਤੇ ਬੇਟਾ ਜਿਹੜੇ ਦੂਸਰੇ ਬੜੇ ਹੈਗੇ ਉਹ ਕਿੰਨਾ ਕਿੰਨਾ ਪੜ੍ਹੇ ਆ? ਵੱਡਾ ਜਿਹੜਾ ਤੇ ਵੱਡੀਆਂ ਵੱਡੀਆਂ ਬੇਟੀਆਂ ਨੇ ਤਿੰਨੇ। ਹਾਂ, ਵੱਡੀ ਬੇਟੀ 14 ਪੜ੍ਹੀ, ਅੱਛਾ, ਉਹ ਤਾਂ ਛੋਟੀ ਕੁਰਾਨ ਵੀ ਪੜ੍ਹੀ ਹੈ ਜੀ। ਅੱਛਾ। ਤੇ ਛੋਟੀਆਂ ਤਾਂ ਉਹ 12 12 ਕੀਤੀਆਂ ਨੇ, ਇੱਕ ਸਹੀ ਆ, ਦੀ ਸ਼ਾਦੀ ਕਰ ਦਿੱਤੀ ਸੀ, ਸਹੀ ਆ, ਉਹਦੇ ਕੋਲ ਬੇਟਾ ਹੈਗਾ। ਸਹੀ ਆ, ਮਾਸ਼ਾਅੱਲਾ। ਤੇ ਮੁੰਡਾ ਜਿਹੜਾ ਵਾ ਉਹ ਵੱਡਾ ਕਲੀਮ ਅੱਲਾ ਭੈਣਾ ਤੋਂ ਚੌਥੀ ਜਗ੍ਹਾ ਤੇ, ਹਾਂ, ਉਹ 12 ਕੀਤੀਆਂ ਨੇ। ਸਹੀ ਆ। ਤੇ ਫੁੱਟਬਾਲ ਦੀ ਟੀਮ ਜਾਖੜੇ ਦੀ ਖੇਡਦਾ ਪਿਆ। ਸਹੀ ਆ। ਤੇ ਛੋਟਾ ਉਸ ਤੋਂ ਅਜ਼ੀਮ ਅੱਲਾ ਜਿਹੜਾ ਉਹਨੇ ਵੀ 12 ਕੀਤੀਆਂ। ਅੱਛਾ। ਉਹ ਤੋਂ ਛੋਟੇ ਨੇ ਕੁਰਾਨ ਕੀਤਾ। ਸਹੀ ਆ। ਤੇ ਸਾਰਿਆਂ ਤੋਂ ਛੋਟਾ ਜਿਹੜਾ ਉਹ 10ਵੀਂ ਚ ਪੜ੍ਹਦਾ ਪਿਆ। ਮਤਲਬ ਸਾਰੇ ਬੱਚੇ ਮਾਸ਼ਾਅੱਲਾ ਪੜ੍ਹ ਗਏ ਤੇਰੇ? ਸਾਰੇ। ਠੀਕ ਆ। ਤੇ ਸਿਰ ਮਿਹਨਤ ਮਜ਼ਦੂਰੀ ਕੀਤੀ। ਹਾਂ, ਦੇਖ ਲਓ ਜੀ, ਮਤਲਬ ਦਿਹਾੜੀ ਕਰਦਾ ਬੰਦਾ, ਨਿਜ਼ਾਮਦੀਨ ਦਿਹਾੜੀ ਕਰਦਾ, ਜਾਂ ਕਿਤੇ ਬਾਗਾਂ ਦੇ ਸੀਜ਼ਨ 'ਚ ਆ ਕੇ ਲੋਕਾਂ ਦੇ ਬਾਗ ਬੂਗ ਸੇਲ ਕਰਵਾ ਦਿੰਦਾ, ਉੱਥੋਂ ਕਮਿਸ਼ਨ ਆ ਜਾਂਦਾ ਥੋੜ੍ਹਾ ਬਹੁਤਾ ਹੈ। ਅਤੇ ਬੱਚੇ ਮਾਸ਼ਾਅੱਲਾ, ਮਤਲਬ ਬੰਦਾ ਸੁਣ ਕੇ ਹੈਰਾਨ ਹੋ ਜਾਂਦਾ ਕਿ ਬੱਚਿਆਂ ਨੂੰ ਕਿੱਦਾਂ ਇਹਨੇ ਪੜ੍ਹਾ ਲਿਆ, ਜਾਂ ਕਿੰਨੇ ਲਾਇਕ ਸੀਗੇ ਬੱਚੇ ਇਹਦੇ ਪੜ੍ਹਨ ਨੂੰ। ਕੁਰਾਨ ਪਾ ਕੇ ਵੀ ਹਿਫਜ਼ ਕਰ ਲਿਆ ਹੈ ਇੱਕ ਬੱਚੇ ਨੇ, ਬਾਕੀ ਬੇਟੀਆਂ ਨੇ ਦੋਵਾਂ ਨੇ ਬੀਏ ਕਰ ਲਿਆ, ਬੇਟੇ ਦੋਨੇ ਜਿਹੜੇ ਉਹਨਾਂ ਨੇ ਐਫਏ ਕਰ ਲਿਆ ਹੈ, ਛੋਟਾ ਜਿਹੜਾ ਹੈਗਾ ਅੱਜ ਪੜ੍ਹ ਰਿਹਾ। ਅਤੇ ਅੱਲਾਹ ਤਾਲਾ ਕਾਮਯਾਬ ਕਰੇ। ਅਤੇ ਸਿਰਫ ਮਿਹਨਤ ਮਜ਼ਦੂਰੀ ਕਰਕੇ ਆਪਣੇ ਨਾ, ਮਤਲਬ ਇਹ ਸਾਰਾ ਇਹਨੇ ਪੜ੍ਹਾਏ ਬੱਚੇ ਆਪਣੇ ਮਾਸ਼ਾਅੱਲਾ।